Sangat ji, welcome to another Sangat Health TV show. Aaj da show hega ya, phir aapa Gurmat therapy to lyande ya, Devinder Singh Panesar sade naal ajj te Pushpinder Kaur jehdi also Flame Center te Gurmat therapy de vich kam kar rahe ya. ਇਹ ਸਾਰੇ ਗੁਰਮਤ ਥੈਰੇਪੀ ਦੇ ਜਿਹੜੇ ਸ਼ੋਅ ਸੰਗਤ ਹੈਲਥ ਦੇ ਉੱਤੇ ਕਰ ਰਹੇ ਹਾਂ ਇਹ ਤੁਹਾਡੇ ਵਾਸਤੇ YouTube ਚੈਨਲ ਸੰਗਤ ਟੈਲੀਵਿਜ਼ਨ ਦੇ ਉੱਤੇ ਹੈਗੇ ਆ ਤੁਸੀਂ ਜ਼ਰੂਰ ਜਾ ਕੇ ਦੇਖੋ ਤੇ ਦੂਜੇ ਸ਼ੋਅ ਜਿਹੜੇ ਕੀਤੇ ਆ ਉਹਨਾਂ ਦਾ ਲਾਭ ਉਠਾਓ ਅੱਜ ਦਾ ਸ਼ੋਅ ਹੈਗਾ ਆ ਗੁਰਮਤ ਥੈਰੇਪੀ ਤੇ ਇਹ ਕਿਵੇਂ ਪ੍ਰੈਕਟੀਕਲੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਸਿਹਤ ਵਾਸਤੇ ਕਿਵੇਂ ਅਸੀਂ ਹੈਲਪ ਕਰ ਸਕਦੇ ਹਾਂ ਸੋ ਵੈਲਕਮ ਦਵਿੰਦਰ ਸਿੰਘ ਪਾਨੇਸਰ Waheguru Ji Ka Khalsa, Waheguru Ji Ka Fateh. Thank you very much, Jazz, for having us again. And welcome, Pushpinder Kaur Ji. Waheguru Ji Ka Khalsa, Waheguru Ji Ka Fateh. Thank you. Thank you for inviting us. So, thoda ja sanu dasso, how did you, Pushpinder Kaur Ji, how did you get involved in Gurmat Therapy and Flame Center? Thoda ja sanu na sangata de naal share karo, ki unna nu bhi pata lagge thoda ja. मैं गुरमत थैरेपी दे नाल इन्वॉल्व हुई सी 11 साल हो गया पर उस तो पहले जो मेरी लाइफ स्टोरी आ मेरे ना 26 साल मैं बहुत बहुत औखा टाइम देखिया मैं दुख दे विच बहुत सी ते माहौल करके घर दे क्लेश करके मेरी इस चीज नूं ना मेरी लाइफ बहुत बहुत मुश्किल हो गई सी ਇੰਨਾ ਮੁਸ਼ਕਲ ਹੋ ਗਈ ਸੀ ਕਿ ਮੇਰੀ ਸਿਹਤ ਨੂੰ ਇਹ ਚੀਜ਼ ਨੇ ਬਹੁਤ ਇਫੈਕਟ ਕੀਤਾ ਤੇ ਐਦਾਂ ਗੱਲ ਹੋਈ ਆ ਕਿ ਮੈਂ ਇੰਨੀ ਜਿੱਦਾਂ 26 ਸਾਲ ਮੈਂ ਕੋਸ਼ਿਸ਼ ਕਰਦੀ ਰਹੀ ਕਿ ਘਰ ਬਣਿਆ ਰਹੇ ਕਿ ਇਹਨਾਂ ਮੇਰੀਆਂ ਰਿਸਪੋਂਸੀਬਿਲਿਟੀਜ਼ ਆ ਲੋਕ ਕੀ ਕਹੋਗੇ ਤੇ 26 ਸਾਲ ਮੈਂ ਐਦਾਂ ਗੁਜ਼ਾਰਾ ਕੀਤਾ ਪਰ ਇਹ ਗੁਜ਼ਾਰਾ ਕਰਦੇ ਕਰਦੇ ਦੇ ਵਿੱਚ ਮੇਰੀ ਸਿਹਤ ਦਾ ਬਹੁਤ ਨੁਕਸਾਨ ਹੋਇਆ ਫਿਰ ਕੀ ਹੋਇਆ ਇੱਕ ਦਿਨ ਮੈਂ ਇੰਨੀ ਜਿੱਦਾਂ ਮੈਂ ਬਿਲਕੁਲ ਮੈਂ ਚਾਹੁੰਦੀ ਨਹੀਂ ਸੀਗੀ ਕਿ ਮੈਂ ਇੰਨੀ ਦੁਖੀ ਹੋ ਗਈ ਸੀਗੀ ਕਿ ਮੈਂ ਸੱਚੇ ਪਾਤਸ਼ਾਹ ਦੇ ਸਾਹਮਣੇ ਮੈਂ ਅਰਦਾਸ ਕੀਤੀ ਤੇ ਅਰਦਾਸ ਮੈਂ ਦਿਲੋਂ ਕੀਤੀ ਮੈਂ ਕਿਹਾ ਸੱਚੇ ਪਾਤਸ਼ਾਹ ਜਾਂ ਤਾਂ ਤੁਸੀਂ ਮੈਨੂੰ ਕੋਈ ਰਾਹ ਦਿਖਾਓ ਜਾਂ ਮੇਰੇ ਕੋਲ ਕਿਸੇ ਨੂੰ ਭੇਜੋ ਜਿਹੜਾ ਮੈਨੂੰ ਮਦਦ ਕਰ ਸਕੇ ਜਾਂ ਤੁਸੀਂ ਨਾ ਮੈਨੂੰ ਲੈ ਜਾਓ ਦੋ ਵੀਕਾਂ ਬਾਅਦ ਮੇਰੀ ਇੱਕ ਫਰੈਂਡ ਸੀਗੀ ਉਹ ਵੀ ਬੇਚਾਰੀ ਕਾਫੀ ਬਿਮਾਰ ਸੀਗੀ ਤੇ ਉਹਨੇ ਮੈਨੂੰ ਦਵਿੰਦਰ ਭਾਜੀ ਬਾਰੇ ਨਾ ਦੱਸਿਆ ਉਹ ਕਹਿੰਦੀ ਕਿ ਤੂੰ ਉਹਨਾਂ ਨੂੰ ਨਾ ਕੰਟੈਕਟ ਕਰ ਕਿ ਉਹਨਾਂ ਨੂੰ 30 ਸਾਲ ਹੋ ਗਏ ਕਿ ਉਹਨਾਂ ਕੋਲ ਏਦਾਂ ਦਾ ਗੁਰਮਤ ਥੈਰੇਪੀ ਦਾ ਹੈਲਥ ਮਾਡਲ ਆ ਕਿ ਸ਼ਾਇਦ ਤੈਨੂੰ ਉਸ ਚੀਜ਼ ਚ ਫਰਕ ਪਾ ਜਾਵੇ ਫਿਰ ਮੈਂ ਕੀ ਕੀਤਾ ਮੈਂ ਦਵਿੰਦਰ ਭਾਜੀ ਸੁਪੈਜੀ ਥੋੜਾ ਜਿਹਾ ਇੱਥੇ ਇਹ ਆ ਕਿ ਤੁਸੀਂ ਇਹ ਵੀ ਤੁਸੀਂ ਟਰਾਈ ਕੀਤਾ ਸੀਗਾ ਆਪਦੇ ਜੀਪੀ ਕੋਲੇ ਵੀ ਜਾਣਾ ਜਾਂ ਆਪਣੇ ਕੋਈ ਆਪਣੇ ਹੋਰ ਵੀ ਕਹਿੰਦੇ ਹੁੰਦੇ ਆ ਕਾਉਂਸਲਿੰਗ ਦੀ ਹੈਲਪ ਹੋਰ ਕੋਈ ਚੀਜ਼ਾਂ ਟਰਾਈ ਕੀਤੀਆਂ ਸੀਗੀਆਂ ਕਿਉਂਕਿ ਆਪਾਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਆ ਨਾ ਕਿ ਜਿੱਥੇ ਆਪਾਂ ਬੈਠੇ ਹਾਂ ਆਪਾਂ ਗੱਲ ਕਰ ਰਹੇ ਹਾਂ ਗੁਰਮਤ ਥੈਰੇਪੀ ਦੇ ਜਿਹੜੀ ਦਵਿੰਦਰ ਸਿੰਘ ਪਾਨੇਸਰ ਨੇ ਇੱਕ ਮਾਲਕ ਤੋਂ ਸੋਝੀ ਲੈ ਕੇ ਇੱਕ ਥੈਰੇਪੀ ਸ਼ੁਰੂ ਕੀਤੀ ਹੈ ਨਾ ਤੇ ਤੁਸੀਂ ਦੱਸੋ ਕਿ ਤੁਹਾਨੂੰ ਹੋਰਾਂ ਵੀ ਤੁਸੀਂ ਟਰਾਈ ਕੀਤੇ ਹੋਗੇ ਹੈ ਨਾ ਤੇ ਫਿਰ ਤੁਹਾਨੂੰ ਆਖਰੀ ਇੱਥੇ ਤੁਹਾਨੂੰ ਲਾਭ ਹੋਇਆ ਭਾਜੀ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਚਾਹੁੰਦੀ ਨਹੀਂ ਚਾਹੁੰਦੀ ਸੀਗੀ ਕਿ ਮੈਂ ਗੋਲੀਆਂ ਲਵਾਂ ਜਾਂ ਮੈਂ ਡਾਕਟਰ ਦੇ ਕੋਲ ਜਾਵਾਂ ਜਾਂ ਕਿਸੇ ਤਰ੍ਹਾਂ ਦੀ ਏਦਾਂ ਦਾ ਮੈਨੂੰ ਨਾ ਜਿੱਦਾਂ ਇਲਾਜ ਦਾ ਮੈਨੂੰ ਥੋੜਾ ਜਿਹਾ ਜਿੱਦਾਂ ਫਿਕਰ ਜਾ ਸਕਦਾ ਕਿ ਮੈਂ ਗੋਲੀਆਂ ਨਹੀਂ ਲੈਣਾ ਚਾਹੁੰਦੀ ਸੀਗੀ ਤੇ ਤਾਂ ਕਰਕੇ ਮੈਂ NHS ਦੇ ਥਰੂ ਨਹੀਂ ਗਈ ਉਹ ਏਦਾਂ ਨਹੀਂ ਕਿਉਂਕਿ ਉਹ ਜੋ ਆਪਣੇ ਥਾਂ ਦੇ ਵਿੱਚ NHS ਬਹੁਤ ਚੰਗਾ ਕੰਮ ਕਰਦੇ ਆ ਤੇ ਮੇਰੀ ਇੱਛਾ ਸੀਗੀ ਕਿ ਮੈਂ ਹੋਲਿਸਟਿਕ ਰਾਹ ਵੱਲ ਜਾਵਾਂ ਤੇ ਤਾਂ ਕਰਕੇ ਫਿਰ ਮੈਂ ਦਵਿੰਦਰ ਭਾਜੀ ਨੂੰ ਨਾ ਫਿਰ ਕੰਟੈਕਟ ਕੀਤਾ ਤੇ ਜਦੋਂ ਮੈਂ ਉਹਨਾਂ ਨੂੰ ਕੰਟੈਕਟ ਕੀਤਾ ਤੇ ਉਹ ਆਏ ਮੈਨੂੰ ਮਿਲਣ ਇੱਕ ਤਾਂ ਗੱਲ ਮੈਂ ਕਹਿਣਾ ਚਾਹੁੰਦੀ ਆ ਕਿ ਜਦੋਂ ਦਿਲੋਂ ਅਸੀਂ ਅਰਦਾਸ ਕਰਦੇ ਨਾ ਉਹ ਸੱਚੀ ਅਰਦਾਸ ਪੂਰੀ ਹੁੰਦੀ ਆ ਤੇ ਦਵਿੰਦਰ ਜੀ ਹੁਣ ਭਾਜੀ ਉਹਨਾਂ ਨੂੰ ਮੈਂ ਮਿਲੀ
उन्होंने मैं सारा अपना दुख दसिया कि कितना की हो रहा है कि मेरी सेहत खिंच गई ते मैं यह भी कहना चाहती हाँ कि मेरी सेहत इन्नी खराब हो गई सी ना ना तो मैं चज ना सौंती सी ना मेरे को खाना पीना मेरे को पचता सीगा ना मेरा जरा मेरा भार सीगा मेरा भार 600 तो नीचे आ गया सीगा मेरा रंग भी बदल लग पिया सीगा मैं काफी बीमार हो गई सी ते जदों भाजी हुई आए मैं मिलन ते मैं भाजी को पूछा मैं क्या देखो मेरी ये हालत है कि तुसी मैं दसो तुसी मैं कि मदद कर सकते हो फिर भाजी उन्होंने मैं गुरमत थेरेपी का जो हेल्थ मॉडल है वो बारे समझाया ते फिर उस तो बाद मैं एक अठ वीक का ना मैं कोर्स शुरू करता पर करण तो पहले क्योंकि मैं दविंदर भाजी उन्होंने चंगी तरह जानते नहीं सी मैं फिर अपनिया चार जो फ्रेंड सीखिया उन्होंने भी अपने लाइफ जो भी दुख सके उन्होंने मैं क्या कि तुम भी आके कोर्स मेरे ना करो तो असी कोर्स खटिया ने किया ये कोर्स सी अठ वीक का वंस अ वीक दो घंटे सके जेदे नाल यही कोर्स चलता सका अठ वीक ने एक मिनट पुष्पिंदर कौर जी सो थोड़ा जा देवेंद्र सिंह पनिसार आई जस्ट वांट टू ब्रिंग यू इन हियर है ना कि कुड यू इन वन मिनट जेडे संगता ने हले नहीं देखा हो थोड़े जेडे अपने शो होर किते आपा मेनी ऑफ देम उन्होंने थोड़ी बुक भी पढ़ी नहीं होगी ते जेडा सारे कोवेंट्री वेज सेंटर आ उठे गए नहीं होगे थोड़ा जा सानू एक बारी मिनट एक मिनट दे विच दसो कि थानू गुरमत तो केरी सहज मिली सी जेडा तुसी सोचिया कि एक गुरमत थेरेपी शुरू करना है जस्ट अ लिटिल ब्रीफ माहौल ही बन गया मेनू अंदरों इच्छा जिदा पै गई सी के बाणी अंदर इलाज हैगा मन दे रोग दा क्योंकि मेरी बैकग्राउंड है मैं साइंटिस्ट हाँ कैमिस्ट माइक्रोबायोलॉजिस्ट सो इधर मैं काफी जिदा कि इंटरेस्ट सी सो वह खोज करते करते मैं बहुत तरह की खोज की पर जो मैं गुरबाणी वाल जो ध्यान ना देखा मैनू तो एकदम जिदा कि क्लीयर पता लग गया नाले जेडे महापुरखा दे संगत हुई सी उन्होंने बहुत ज्ञान दिता कि मन बारे मन है की आ क्योंकि सारा जेड़ा अपनी सेहत है ना ये मन तो शुरू होती है कि जे मन की समझ आ जाए तो फिर सानू आपां सेहत नूं ठीक कर सकते तो गुरबाणी ने सानू सारे नूं वड्डी चीज की दित्ती आ नाम दिता अरदास दिती सारा कुछ दिता पर साडे अपने लिए महाराज ने सानू ऐसी विधियां दित्तियां आ कि असी तंदुरुस्त रहीए कि असी ऐदा रहीए कि साडा मन संतुष्ट रहे साडे हिरदे विच दया होवे तो साडा जिहड़ा लाइफस्टाइल होवे इह सरबत दे भले लई होवे सो इह जिहड़ा कहिंदा साइंस तां स्पिरिचुअलिटी जदों इकट्ठी होई इहदे विच गुरमत थैरेपी प्रगट होई आ तां मैं थोड़ा जिहा एक्सप्लेन करदा गुरमत अपने देखो गुरमत थैरेपी तां इक छोटा जिहा बूंद आ इह इन्ने वड्डे सागर दा गुरमत का मतलब कि गुरु के मत का थैरेपी का मतलब कि जिहड़ी चीज दुख नूं घटा दिंदी आ तां गुरबाणी ऐसी चीज आ इह सारे दुखां दी नाश कर दिंदी आ पर इह हुण असीं सोच इंटरवेंशन इदां कीती आ कि मन दे रोग तां मन दा जदों मन बह जांदा उदां फिर तन ते असर पै जांदा तां फिर संगत ते असर पै जांदा ठीक है बहुत ही अच्छा संगत ने जी ने हम सुन लिया होगा कि यह गुरबाणी दे विचों ही ना सहज लेके आके यह थेरेपी इन्होंने शुरू की है ते ना दुख रोग संताप उतरे सुनी सच्ची बाणी है ना तो सो बैक टू पुष्पिंदर कौर तुसी आदि हुण इत्थों आपां थोड़ा जहां इंट्रोडक्शन मिल गया सो टेल अस देन हाउ डिड गुरमत थेरेपी हेल्प यू सो यू वेंट इन तुहाडी सेहत काफी खराब सीगी हेल्थ भी मन दी शांति भी तन दी भी थोड़ा जे दसो कि गुरमत थेरेपी ने किवें ओह 8 वीकां दे विच तुहानू हेल्प कीती जो तो तक कोर्स शुरू कीता सी जिहड़ा पहलियां जिहड़ियां 4 वीकां आ दास भाजी ने सचाया मन बारे क्योंकि सब मन का हैगा आ पर सब मन बारे की बताया ते उन्होंने सारा समझाया कि मन जदों असी फिकर करदे आ जो जदों असी सानू पिछलियां गल्लां नहीं भुलदियां जां सानू जो अगे आने वाला
ਬੱਚਾ ਪਾਲੇ ਘਰ ਪਾਲੇ ਬਿਜ਼ਨਸ ਪਾਲੇ ਪੈਸੇ ਪਾਲੇ ਇਹ ਨਾ ਇਹ ਮਨ ਦੇ ਹਿੱਸੇ ਦੇ ਵਿੱਚ ਇਹ ਸਭ ਕੁਛ ਚੱਲ ਰਿਹਾ ਆ ਤੇ ਪਹਿਲੀਆਂ ਜਿਹੜੀਆਂ ਚਾਰ ਬ੍ਰੇਕਾਂ ਸੀਗੀਆਂ ਸਾਨੂੰ ਡਾਕਟਰ ਭਾਜੀ ਨੇ ਮੈਡੀਟੇਸ਼ਨ ਦਾ ਦੱਸਿਆ ਅਸੀਂ ਉਹ ਮੈਡੀਟੇਸ਼ਨ ਸ਼ੁਰੂ ਕੀਤੀ ਪਹਿਲੇ ਸਵੇਰ ਨੂੰ ਤੇ ਫਿਰ ਸ਼ਾਮ ਨੂੰ ਤੋ ਮੈਡੀਟੇਸ਼ਨ ਦਾ ਇਹ ਸੀਗਾ ਕਿ ਧਿਆਨ ਲਾਉਣਾ ਤੇ ਧਿਆਨ ਇਹ ਸੀ ਸਾਹ ਵਾਲਾ ਜਿਹੜੀ ਚੀਜ਼ ਸਾਨੂੰ ਜੀਵੀ ਰੱਖਦੀ ਆ ਤੇ ਸਾਨੂੰ ਐਕਚੁਅਲੀ ਮੈਨੂੰ ਇੱਕ ਚੀਜ਼ ਦਾ ਬਹੁਤ ਪਤਾ ਲੱਗਾ ਬਿਗਿਨਿੰਗ ਤੇ ਕਿ ਸਾਹ ਹੈਗਾ ਪਰ ਸਾਨੂੰ ਸਾਹ ਨਹੀਂ ਲੈਣਾ ਹੁੰਦਾ ਸੋ ਸਾਨੂੰ ਚਾਰ ਬ੍ਰੇਕਾਂ ਸਾਨੂੰ ਮਨ ਦੀ ਬਹੁਤ ਭਾਜੀ ਉਹਨਾਂ ਨੇ ਨਾ ਬਹੁਤ ਸਮਝਾਇਆ ਤੇ ਸਮਝਾਉਣ ਦੀ ਇੱਕ ਗੱਲ ਆ ਪਰ ਐਕਸਪੀਰੀਅੰਸ ਕਰਨੀ ਦੂਸਰੀ ਗੱਲ ਆ ਤੇ ਜਦੋਂ ਤੱਕ ਮੈਂ ਮੈਡੀਟੇਸ਼ਨ ਸ਼ੁਰੂ ਕਰਨ ਲੱਗ ਪਈ ਮੈਨੂੰ ਮੇਰੇ ਮਨ ਬਾਰੇ ਸਮਝ ਪੈਣ ਲੱਗ ਪਈ ਚਾਰ ਬ੍ਰੇਕਾਂ ਬਾਅਦ ਪੁਸ਼ਪਿੰਦਰ ਕੌਰ ਜੀ ਨੇ ਰਿਕਾਰਡ ਕਰਾਏ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਆਪ ਘਰੇ ਗਾਰਡਨ ਦੇ ਵਿੱਚ ਜਾਂ ਘਰੇ ਖੜੇ ਖੜੇ ਤੁਸੀਂ ਉਹ ਕਰ ਸਕਦੇ ਆ ਸੋਰੀ ਗੋ ਅਹੈਡ ਪੁਸ਼ਪਿੰਦਰ ਜੀ ਚਾਰ ਵੀਕਾਂ ਬਾਅਦ ਭਾਜੀ ਮਤਲਬ ਇੰਨਾ ਕਹਿ ਸਕਦੀ ਹੈ ਜਿੱਦਾਂ ਜਿੱਦਾਂ ਮੇਰਾ ਮਨ ਸ਼ਾਂਤ ਹੋਣ ਲੱਗ ਪਿਆ ਥੋੜਾ ਥੋੜਾ ਬੈਠਣ ਲੱਗ ਪਿਆ ਮੇਰੀ ਸਿਹਤ ਨੂੰ ਮੈਨੂੰ ਸਿਹਤ ਨੂੰ ਇੰਪਰੂਵਮੈਂਟ ਹੋਣ ਲੱਗ ਪਈ ਮੇਰੀਆਂ ਜਿਹੜੀ ਦਰਦਾਂ ਪੈਂਦੀਆਂ ਸੀਗੀਆਂ ਜਿਹੜਾ ਮੇਰਾ ਹਰ ਵਕਤ ਸਿਰ ਦੁਖਦਾ ਸੀਗਾ ਮੈਨੂੰ ਨੀਂਦ ਨਹੀਂ ਆਉਂਦੀ ਸੀ ਖੁਰਾਕ ਨਹੀਂ ਸੀ ਇਹ ਚਾਰ ਵੀਕਾਂ ਮੈਡੀਟੇਸ਼ਨ ਸਵੇਰ ਨੂੰ ਕਰਨਾ ਸ਼ਾਮ ਨੂੰ ਕਰਨਾ ਇਸ ਚੀਜ਼ ਦਾ ਮੈਨੂੰ ਫਾਇਦਾ ਮੈਨੂੰ ਆਪੀ ਦਿਸਣ ਲੱਗ ਪਿਆ ਤੇ ਫੀਲ ਹੋਣ ਲੱਗ ਪਿਆ ਇਹ ਚਾਰ ਵੀਕਾਂ ਬਾਅਦ ਤੇ ਕੱਲੇ ਮੇਰੇ ਨਾਲ ਨੀ ਜਿਹੜੀਆਂ ਦੂਸਰੀਆਂ ਵੀ ਬੁੜੀਆਂ ਮੇਰੇ ਨਾਲ ਸੀ ਕੋਚ ਤੇ ਉਹਨਾਂ ਨੂੰ ਵੀ ਇਹੀ ਜਿੱਦਾਂ ਫਾਇਦਾ ਹੋਣ ਲੱਗ ਪਿਆ ਫਿਰ ਨਾ ਥੋੜੀ ਜੀ ਆਪਾਂ ਇੱਥੇ ਸਮਰੀ ਇਹਨਾਂ ਨੂੰ ਦੇਣੀ ਆ ਆਪਾਂ ਸੰਗਤ ਨੂੰ ਕਿ ਲੋ ਤੁਸੀਂ ਕਰੈਕਟ ਮੀ ਇਫ ਆਈ ਐਮ ਰੋਂਗ ਪਰ ਮੈਨੂੰ ਇਹ ਸਮਝ ਆਈ ਇਹਦੇ ਵਿੱਚੋਂ ਕਿ ਤੁਸੀਂ ਘਰਾਂ ਦੇ ਵਿੱਚ ਆਪਣੇ ਸਾਰਿਆਂ ਦੇ ਪ੍ਰੋਬਲਮ ਆ ਜਾਂਦੀਆਂ ਹੁੰਦੀਆਂ ਆ ਕਲੇਸ਼ ਆ ਜਾਂਦੇ ਆ ਫਿਰ ਉਹ ਜਦੋਂ ਤੁਸੀਂ ਉਹਦੀ ਫਿਕਰ ਆ ਜਾਂਦੀ ਆ ਉਹ ਫਿਕਰਾਂ ਤੁਹਾਡੇ ਮਨ ਦੇ ਉੱਤੇ ਤਨ ਦੇ ਉੱਤੇ ਤੁਹਾਨੂੰ ਨਾ ਤੁਹਾਡੀ ਸਿਹਤ ਨੂੰ ਫਰਕ ਪੈਂਦਾ ਹੈ ਹਨਾ ਤੇ ਤੁਸੀਂ ਉਹਦੇ ਵਿੱਚ ਮਹਿਸੂਸ ਕੀਤਾ ਕਿ ਜਦੋਂ ਤੁਸੀਂ ਉਹ ਥੈਰੇਪੀ ਕਰ ਰਹੇ ਸੀਗੇ ਜਿਹੜਾ ਕੁਛ ਜਿਵੇਂ ਇਹ ਕਰਵਾਉਂਦੇ ਸੀਗੇ ਉਹਦੇ ਨਾਲ ਤੁਹਾਨੂੰ ਉਹਦਾ ਲਾਭ ਪਤਾ ਲੱਗਣ ਲੱਗ ਗਿਆ ਸੁਣਦੀਆਂ ਆ ਉਹਨਾਂ ਨੂੰ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਤੁਸੀਂ ਜਿਹੜੀ ਜੇ ਤੁਸੀਂ ਗੋਲੀਆਂ ਖਾ ਰਹੇ ਹੋ ਜਾਂ ਤੁਹਾਨੂੰ ਡਾਕਟਰ ਆ ਜਾਂ ਤੁਹਾਨੂੰ ਸਾਈਕੋਲੋਜਿਸਟ ਦਾ ਸਾਈਕਾਇਟ੍ਰਿਸਟ ਦਾ ਇਹਦਾ ਇਹ ਨਹੀਂ ਮਤਲਬ ਹੈਗਾ ਕਿ ਤੁਸੀਂ ਉਹ ਸਾਰਾ ਕੁਛ ਛੱਡ ਕੇ ਤੁਸੀਂ ਭੱਜ ਕੇ ਆਹ ਚੀਜ਼ ਸ਼ੁਰੂ ਕਰ ਦਿਓ ਅਸੀਂ ਤੁਹਾਨੂੰ ਇਹ ਕਹਿੰਦੇ ਹਾਂ ਜੇ ਤੁਸੀਂ ਇਹਦਾ ਇਹਦੇ ਵਿੱਚ ਤੁਸੀਂ ਦੇਖੋ ਇਹਨਾਂ ਨੂੰ ਕੰਟੈਕਟ ਕਰੋ ਇਹ ਫਲੇਮ ਸੈਂਟਰ ਦੇ ਵਿੱਚ ਕਾਉਂਟਰੀ ਵਿੱਚ ਹੈਗੇ ਆ ਤੇ ਇਹਨਾਂ ਦੇ ਨਾਲ ਸੰਪਰਕ ਕਰੋ ਇਹਨਾਂ ਦੀ ਵੀਡੀਓ ਦੇਖੋ ਉਹਦੇ ਨਾਲ ਤੁਸੀਂ ਇਹ ਵੀ ਕਰ ਸਕਦੇ ਆ ਕਿ ਯੂ ਕੈਨ ਹੈਵ ਯੋਰ ਅਦਰ ਥੈਰੇਪੀ ਗੋਇੰਗ ਐਂਡ ਐਟ ਦ ਸੇਮ ਟਾਈਮ ਇਨ ਟੂ ਉਹਨਾਂ ਨੂੰ ਨਾ ਬੂਸਟ ਕਰਨ ਵਾਸਤੇ ਟੂ ਔਗਮੈਂਟ ਇਟ ਯੂ ਕੈਨ ਬ੍ਰਿੰਗ ਔਨ ਗੁਰਮਤ ਥੈਰੇਪੀ ਸੋ ਇਹ ਨਾ ਸੋਚੋ ਸੰਗਤ ਜੀ ਕਿ ਅਸੀਂ ਸਾਰਾ ਕੁਛ ਇੱਧਰ ਛੱਡ ਕੇ ਅਸੀਂ ਕਹਿ ਰਹੇ ਹਾਂ ਕਿ ਇੱਧਰ ਲੱਗ ਜਾਓ ਅਸੀਂ ਤੁਹਾਨੂੰ ਕਹਿੰਦੇ ਹਾਂ ਇਹਨੂੰ ਦੇਖੋ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਜਦੋਂ ਤੁਸੀਂ ਕੀਤਾ ਇਹਦੇ ਵਿੱਚੋਂ ਕੀ ਲਾਭ ਆ So, sorry, I just wanted to kind of go through that. Jedita on the clients on the Sanu Milan Trade Center, the beach. Kaf ke bond bond bimar hai. The o goliya kham de ya, o prescription de ya, o cancer de. Unna ne kasi kade abba ni kya? Ke tusi apniya dwaiya na khao, ja tusi apniya dwaiya chhad do. Gal ta ehi ya, ke sab to vaddi bimari maan de. ਤੇ ਜੇ ਤਾਂ ਸਾਨੂੰ ਮਨ ਆ ਸਾਨੂੰ ਮਨ ਪਛਾਣਨਾ ਤਾਂ ਚਾਹੀਦਾ ਨਾ ਤੇ ਮੈਡੀਟੇਸ਼ਨ ਦਾ ਇਹ ਫਾਇਦਾ ਆ ਕਿ ਜਦੋਂ ਤਾਂ ਅਸੀਂ ਆਪਾਂ ਮੈਡੀਟੇਸ਼ਨ ਕਰਨ ਲੱਗ ਪੈਂਦੇ ਨਾ ਚੁੱਪ ਕਰਕੇ ਬੈਠ ਕੇ ਅਸੀਂ ਆਪਣੇ ਸਾਹ ਵੱਲ ਧਿਆਨ ਦਿੰਦੇ ਹਾਂ ਮਨ ਨਾ ਆਪੀ ਹੌਲੀ ਹੌਲੀ ਸ਼ਾਂਤ ਹੋਣ ਲੱਗ ਪੈਂਦਾ ਸੋ ਚਾਰ ਵੀਕਾਂ ਤਾਂ ਮੈਨੂੰ ਕਾਫੀ ਮਨ ਦਾ ਪਛਾਣ ਹੋ ਗਏ ਮੈਨੂੰ ਸਮਝ ਪੈ ਗਈ ਕਿ ਮਨ ਦੀ ਆਦਤ ਆ ਕਿ ਘੁੰਮੀ ਜਾਣਾ ਫਿਕਰ ਅੱਗੇ ਲੈ ਕੇ ਆਈ ਜਾਣੇ ਆ ਤੇ ਫਿਰ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਟਾਈਮ ਗਿਆ ਸੱਤਵੇਂ ਵੀਕ ਦੇ ਵਿੱਚ ਤੇ ਮੇਰੇ ਫੈਮਿਲੀ ਨੂੰ ਪਤਾ ਨਹੀਂ ਸੀਗਾ ਕਿ ਮੈਂ ਇਹ ਕੋਰਸ ਕਰਦੀ ਆ ਤੇ ਨਾ ਮੇਰੇ ਬੱਚਿਆਂ ਨੂੰ ਪਤਾ ਸੀ ਮੇਰੇ ਦੋ ਬੱਚੇ ਯੂਨੀਵਰਸਿਟੀ ਸੀਗੇ ਤੇ ਬੱਚੇ ਆਏ
ਇਹ ਸਾਂਤੀ ਮੇਰਾ ਮੈਂ 7ਵੇਂ ਵੀਕ ਦੇ ਵਿੱਚ ਸੀ ਕੋਰਸ ਤੇ ਬੱਚੇ ਘਰ ਆਏ ਤੇ ਬੱਚਾ ਨੇ ਮੈਨੂੰ ਦੇਖਿਆ ਤੇ ਬੱਚੇ ਮੈਨੂੰ ਕਹਿੰਦੇ ਮੰਮ ਤੁਸੀਂ ਡਿਫਰੈਂਟ ਲੱਗਦੇ ਆ ਕਿ ਤੁਹਾਡਾ ਚਿਹਰਾ ਕਿਵੇਂ ਚੇਂਜ ਹੋ ਗਿਆ ਆ ਕਿ ਤੁਸੀਂ ਹੈਲਥੀ ਮੰਮ ਕਿ ਤੁਸੀਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਉਂਕਿ ਉਹਨਾਂ ਨੂੰ ਮੈਂ ਸਮਝਾਇਆ ਮੈਂ ਦੱਸਿਆ ਮੈਂ ਕਿਹਾ ਦੇਖੋ ਮੈਂ ਆਤਮਿਕਤਾ ਕੋਰਸ ਕਰ ਲਿਆ ਗੁਰਮਤ ਥੈਰੇਪੀ ਹੈਲਥ ਮਾਡਲ ਦਾ ਕੋਰਸ ਕਰਦੀ ਆ ਡਾਕਟਰ ਜੀ ਦੇ ਨਾਲ ਤੇ ਇਹਦੇ ਵਿੱਚ ਮੈਨੂੰ ਹੁਣ ਤੱਕ 7ਵੇਂ ਵੀਕ ਦੇ ਵਿੱਚ ਮੈਨੂੰ ਦੇਖੋ ਕਿੰਨਾ ਫਰਕ ਪੈ ਗਿਆ ਆ ਤੋ ਥੋੜਾ ਜਿਹਾ ਪੈ ਜਿੱਥੇ ਮੈਂ ਕਹਿਣਾ ਚਾਹੁੰਗਾ ਡੈਵ ਜਸਟ ਬ੍ਰਿੰਗਿੰਗ ਯੂ ਇਨ ਹੇਅਰ ਤੁਸੀਂ ਇਹ ਕੋਰਸ ਬਣਾਇਆ ਜਿਹਦੇ ਵਿੱਚ ਜਿਵੇਂ 8 ਵੀਕਾਂ ਦੇ ਵੀ ਆ ਹਨਾ ਥੋੜਾ ਜਿਹਾ ਸੰਗਤਾਂ ਨਾਲ ਸ਼ੇਅਰ ਕਰੋ ਕਿ ਉਹਦੇ ਵਿੱਚ ਜਸਟ ਇਹ ਬਰੀਫ ਆਫ ਵੀਕ ਬਾਈ ਵੀਕ ਤੁਸੀਂ ਕੀ what you try to do, how you kind of take the person who's affected through, so that ਉਹਨਾਂ ਨੂੰ ਪਤਾ ਵੀ ਲੱਗੇ ਨਾ ਕਿ ਇਹ 7 ਵੀਕਾਂ ਚ 8 ਵੀਕਾਂ ਚ ਹੁੰਦਾ ਕੀ ਹੈ ਕਿਉਂਕਿ ਜਿਹੜਾ ਗੁਰਮਤ ਦਾ ਮਾਡਲ ਆਫ ਹੈਲਥ ਹੈ ਨਾ ਉਹਦੇ ਚਾਰ ਹਿੱਸੇ ਆ ਮਨ ਦੁੱਖ ਸੁੱਖ ਭਾਵਨਾ ਅਸੀਂ ਕਹਿ ਸਕਦੇ ਹਾਂ ਸਰੀਰ ਤਾਂ ਫਿਰ ਅਸੀਂ ਧਰਮ ਵੀ ਕਹਿ ਸਕਦੇ ਧਰਮ ਵੀ ਇੱਕ ਤਰ੍ਹਾਂ ਦੀ ਸਿਹਤ ਆ ਜਿਹੜੇ ਬੰਦੇ ਇਹ ਧਰਮੀ ਆ ਨਾ ਜਿਹੜੇ ਬੰਦੇ ਇੱਕਦਮ ਡਿਸਕਨੈਕਟ ਹੋ ਜਾਂਦੇ ਲਾਈਫ ਅੰਦਰ ਉਹਨਾਂ ਦਾ ਕੋਈ ਕਿਹਦਾ ਮਤਲਬ ਨਹੀਂ ਰਹਿੰਦਾ ਸੋ ਉਹਨਾਂ ਨੂੰ ਵੀ ਅਸਰ ਪੈਂਦਾ ਇਹ ਚੀਜ਼ ਦਾ ਸੋ ਚਾਰ ਹਿੱਸੇ ਆ ਸੋ ਪਹਿਲਾਂ ਅਸੀਂ ਇਹ ਦਿਖਾਉਂਦੇ ਹਾਂ ਲੋਕਾਂ ਨੂੰ ਕਿ ਮਨ ਤੁਹਾਡੇ ਤਨ ਤੇ ਕਿੱਦਾਂ ਅਸਰ ਕਰਦਾ ਕਿ ਮਨ ਤਾਂ ਤਨ ਇਹ ਜੁੜੇ ਹੋਏ ਆ ਜਦੋਂ ਮਨ ਤੰਗ ਹੁੰਦਾ ਤੁਹਾਡਾ ਬਲੱਡ ਪ੍ਰੈਸ਼ਰ ਵੱਧਦਾ ਤੁਹਾਡਾ ਹਾਰਟ ਰੇਟ ਵੱਧਦਾ ਏਦਾਂ ਦੀਆਂ ਚੀਜ਼ਾਂ ਜਿਹੜੇ ਤੁਹਾਡੇ ਤਨ ਵਿੱਚ ਚੇਂਜ ਹੁੰਦੀਆਂ ਸੋ ਅਸੀਂ ਪਹਿਲਾਂ ਉਹਨਾਂ ਨੂੰ ਸਿਖਾਉਂਦੇ ਕਿ ਮਨ ਹੈ ਕੀ ਆ ਮਨ ਕੰਮ ਕਰਦਾ ਕੀ ਆ ਮਨ ਸਾਡੇ ਲਈ ਬਹੁਤ ਵੱਡੀ ਚੀਜ਼ ਆ ਪਰ ਮਨ ਗਲਤ ਵੀ ਹੋ ਸਕਦਾ ਮਤਲਬ ਜਦੋਂ ਅਸੀਂ ਮਨ ਮੁਖੀ ਬਣ ਜਾਂਦੇ ਹਾਂ ਜਦੋਂ ਅਸੀਂ ਮਨ ਦੇ ਨਾਲ ਜੁੜ ਜਾਂਦੇ ਹਾਂ ਅਸੀਂ ਮਨ ਦੀ ਮਰਜ਼ੀ ਕਰਦੇ ਹਾਂ ਫਿਰ ਸਾਡਾ ਮਨ ਜਿੱਥੇ ਕਿਸੇ ਨੇ ਦੜਾਣਾ ਦੜਾ ਸਕਦੇ ਆ ਜਿੱਦਾਂ ਡਰਨਾ ਹੁਣ ਕੋਵਿਡ-19 ਤੁਹਾਨੂੰ ਸਾਰਿਆਂ ਨੂੰ ਡਰ ਪਿਆ ਆ ਇਹ ਮਨ ਤੇ ਅਸਰ ਪਿਆ ਨਾ ਸੋ ਉਹਦੇ ਨਾਲ ਬੰਦੇ ਅੰਦਰ ਆਪਣੇ ਆਪ ਲੌਕ ਹੋ ਗਏ ਆ ਬੰਦਿਆਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਕਿਉਂਕਿ ਮਨ ਕਰਕੇ ਸੋ ਪਹਿਲਾਂ ਅਸੀਂ ਉਹਨਾਂ ਨੂੰ ਮਨ ਬਾਰੇ ਦੱਸਦੇ ਹਾਂ ਫਿਰ ਇਹ ਦੋ ਚਾਰ ਹਫ਼ਤੇ ਮਨ ਬਾਰੇ ਫਿਰ ਉਹਨਾਂ ਨੂੰ ਅਸੀਂ ਦੱਸ ਦਿਖਾਉਂਦੇ ਹਾਂ ਕਿ ਮਨ ਨੂੰ ਬਿਠਾਉਣਾ ਕਿੱਦਾਂ ਜਦੋਂ ਤੁਸੀਂ ਮਨ ਨੂੰ ਬਿਠਾਉਣ ਦੀ ਥੋੜੀ ਜਿਹੀ ਪ੍ਰੈਕਟਿਸ ਕਰਦੇ ਆ ਨਾ ਤੁਹਾਨੂੰ ਸਮਝ ਆਉਣ ਲੱਗ ਪੈਂਦੀ ਆ ਕਿ ਮਨ ਕਰਦਾ ਕੀ ਆ ਮਨ ਦੀ ਪਛਾਣ ਆ ਜਾਂਦੀ ਆ ਕਿਉਂਕਿ ਹਉਮੈ ਬੁੱਝੇ ਤਾਂ ਦਰ ਸੁੱਝੇ ਮਨ ਦੇ ਵਿੱਚ ਹਉਮੈ ਆ ਹਉਮੈ ਜਿਹੜਾ ਹੈਗਾ ਆ ਇਹ ਹੈਗਾ ਦੀਰਘ ਰੋਗ ਇਹ ਹਾਂ ਜਿਹੜਾ ਆਪਾਂ ਕਹਿ ਸਕਦੇ ਰੋਗ ਦੀ ਜੜ ਜੇ ਇਹ ਸਮਝ ਆ ਜਾਵੇ ਅਸੀਂ ਆਪਣੇ ਆਪ ਨੂੰ ਥੋੜਾ ਜਿਹਾ ਸੰਭਾਲ ਸਕਦੇ ਹਾਂ ਸੋ ਅਸੀਂ ਥੋੜਾ ਜਿਹਾ ਮਨ ਬਾਰੇ ਸਿਖਾਉਂਦੇ ਹਾਂ ਥੋੜਾ ਬਾਰੇ ਹੋਮੇ ਬਾਰੇ ਸਿਖਾਉਂਦੇ ਹਾਂ ਫਿਰ ਅਸੀਂ ਦਿਖਾਉਂਦੇ ਹਾਂ ਕਿ ਜਦੋਂ ਮਨ ਤੰਗ ਹੁੰਦਾ ਆ ਜਦੋਂ ਮਨ ਵਿੱਚ ਡਰ ਆਉਂਦਾ ਆ ਜਾਂ ਮਨ ਵਿੱਚ ਕ੍ਰੋਧ ਆਉਂਦਾ ਆ ਜਾਂ ਮਨ ਵਿੱਚ ਲੋਭ ਆਉਂਦਾ ਆ ਜਾਂ ਮਨ ਵਿੱਚ ਮੋਹ ਆਉਂਦਾ ਆ ਇਹ ਜੇ ਸਾਡੇ ਸਰੀਰ ਨੂੰ ਕੀ ਕਰਦਾ ਆ ਤਾਂ ਉਹਦੇ ਨਾਲ ਸਾਡੀ ਡੈਮੇਜ ਕੀ ਹੁੰਦਾ ਆ ਤਾਂ ਜੇ ਅਸੀਂ ਇਹਦੇ ਨਾਲ ਜੁੜੇ ਰਹੀਏ ਤਾਂ ਫਿਰ ਅਸੀਂ ਇਹ ਚੱਕਰ ਵਿੱਚ ਫਸ ਜਾਂਦੇ ਹਾਂ ਬਾਣੀ ਸਾਨੂੰ ਇਹੀ ਦੱਸਦੀ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿ ਇਹ ਪੰਜ ਚੋਰ ਇਹ ਜ਼ਹਿਰ ਆ ਇਹ ਜ਼ਹਿਰ ਕਿਉਂ ਆ ਕਿਉਂਕਿ ਇਹ ਬੰਦੇ ਦਾ ਮਨ ਜਦੋਂ ਫੜ ਲੈਂਦਾ ਆ ਉਹਦੇ ਵਿੱਚ ਹੀ ਘੁੰਮਦਾ ਰਹਿੰਦਾ ਆ ਤਾਂ ਉਹਦੇ ਨਾਲ ਸਰੀਰ ਤੇ ਅਸਰ ਪੈ ਜਾਂਦਾ ਸੋ ਮਨ ਬਾਰੇ ਸਿਖਾਏਗਾ ਦੁੱਖ ਸੁੱਖ ਬਾਰੇ ਸਿਖਾਏਗਾ ਚੌਥੇ ਪੰਜਵੇਂ ਹਫ਼ਤੇ ਵਿੱਚ ਛੇਵੇਂ ਸੱਤਵੇਂ ਹਫ਼ਤੇ ਵਿੱਚ ਇਹ ਦਿਖਾਏਗਾ ਕਿ ਜਿਹੜਾ ਤੁਹਾਡਾ ਮਨ ਆ ਨਾ ਇਹ ਝੂਠ ਬਹੁਤ ਬੋਲਦਾ ਤੁਹਾਡਾ ਮਨ ਜੋ ਤੁਹਾਨੂੰ ਕਹਿੰਦਾ ਨਾ ਇਹ ਸੱਚ ਨਹੀਂ ਆ ਕਿਉਂਕਿ ਮਨ ਨੇ ਤੁਹਾਨੂੰ ਉਹੀ ਕਹਿਣਾ ਜੋ ਉਹਨੂੰ ਸਿਖਾਇਆ ਪਿਆ ਆ ਸੋ ਫਰਜ਼ ਕਰੋ ਕੋਈ ਬੱਚਾ ਹੋਵੇ ਤੁਸੀਂ ਉਹਨੂੰ ਇਹੀ ਕਹੀ ਜਾਇਆ ਕਿ ਤੂੰ ਨਿਕੰਮਾ ਆ ਤੂੰ ਨਿਕੰਮਾ ਆ ਤੂੰ ਨਿਕੰਮਾ ਆ ਤੂੰ ਕੁਛ ਨਹੀਂ ਕਰਨਾ ਤੂੰ ਕੁਛ ਨਹੀਂ ਕਰਨਾ ਫਿਰ ਉਹ ਬੱਚਾ ਆਪਣੇ ਆਪ ਨੂੰ ਉਹੀ ਦੱਸੀ ਜਾਂਦਾ ਕਿ ਮੈਂ ਤਾਂ ਨਿਕੰਮਾ ਆ ਮੈਂ ਤਾਂ ਨਿਕੰਮਾ ਆ ਸੋ ਮਨ ਤੇ ਬਹੁਤ ਅਸਰ ਪੈਂਦਾ ਆ ਜਿੱਦਾਂ ਦੀ ਉਹਨੂੰ ਜੋ ਉਹਨੂੰ ਤੁਸੀਂ ਸਿਖਾਉਂਦੇ ਮਨ ਨੂੰ ਉਹੀ ਉਹ ਸਿੱਖ ਲੈਂਦਾ ਜਿੱਦਾਂ ਬੱਚਾ ਹੁੰਦਾ ਆ ਬੱਚੇ ਦੇ ਵੀ ਮਨ ਨੂੰ ਹੀ ਆਪਾਂ ਸਿਖਾਉਂਦੇ ਹਾਂ ਸੋ ਅਸੀਂ ਫਿਰ 6ਵੇਂ 7ਵੇਂ ਹਫ਼ਤੇ ਵਿੱਚ 8ਵੇਂ ਹਫ਼ਤੇ ਵਿੱਚ ਇਹ ਦਿਖਾਉਂਦੇ ਹਾਂ ਕਿ ਮਨ ਸਾਨੂੰ ਕਦੀ ਕਦੀ ਕਿੱਦਾਂ ਗਲਤ ਰਾਹ ਲੈ ਜਾਂਦਾ ਆ ਫਿਰ ਅਖੀਰਲੇ ਜਿਹੜੇ 7ਵੇਂ 8ਵੇਂ ਹਫ਼ਤੇ ਤੱਕ 8ਵੇਂ ਹਫ਼ਤੇ ਤੱਕ ਕਿ ਅਸੀਂ ਫਿਰ ਜਿਹੜੇ ਵੀ ਸਾਡੇ ਨਾਲ ਕੋਰਸ ਕਰਦੇ ਕਿ ਤੁਸੀਂ ਆਪਣੇ ਤੰਦਰੁਸਤੀ ਲਈ ਤੁਸੀਂ ਕੀ ਕਰਦੇ ਆ ਉਹਨਾਂ ਨੂੰ ਓਨ ਸੈਲਫ ਕੇਅਰ ਪਲਾਨ ਕਿ ਤੁਸੀਂ ਮਨ ਲਈ ਆਹ ਕਰੋ ਤੁਸੀਂ ਤੁਹਾਡੀ ਇਮੋਸ਼ਨਸ ਲਈ ਆਹ ਕਰੋ ਤੁਸੀਂ ਫਿਜ਼ੀਕਲੀ ਤੁਹਾਡੇ ਤਨ ਲਈ ਆਹ ਕਰੋ
ਜਿਹੜਾ ਧਰਮ ਆ ਜਦੋਂ ਇਹ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨਾ, ਜਦੋਂ ਸੰਤੋਖ ਦਾ ਦਇਆ ਇਕੱਠਾ ਹੋ ਜਾਂਦਾ, ਧਰਮ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ। ਮਤਲਬ ਇਹ ਸੱਚਾ ਧਰਮ ਫੇਰ ਆਉਂਦਾ ਆ, ਜਿਹੜਾ ਅਸੀਂ ਤਾਂ ਝੂਠਾ ਧਰਮ ਨਹੀਂ ਹੁੰਦਾ। ਸੋ ਇਹ ਜਿਹੜਾ ਸਿਸਟਮ ਆ, ਇਹ ਮਨ ਤੋਂ ਸ਼ੁਰੂ ਹੁੰਦਾ, ਇਮੋਸ਼ਨਸ, ਫਿਜ਼ੀਕਲ, ਫੇਰ ਆਪਾਂ ਕਹਿ ਸਕਦੇ ਸਾਡੀ ਸਪਿਰਿਚੁਐਲਿਟੀ ਆ ਜਾਂਦੀ ਆ। ਸੋ ਬਹੁਤ ਬਹੁਤ ਹੀ ਤੁਸੀਂ ਨਾਈਸਲੀ ਨਾ ਇੱਕ ਸਮਰੀ ਦੇ ਦਿੱਤੀ ਆ। ਓਬਵੀਅਸਲੀ ਦੇਰ ਇਜ਼ ਅ ਲੋਟ ਆਫ ਡੀਟੇਲ ਹੈ ਨਾ, ਪਰ ਸੰਗਤ ਨੂੰ ਪਤਾ ਲੱਗ ਗਿਆ ਹੋਊਗਾ, ਸੰਗਤ ਨੂੰ ਪਤਾ ਲੱਗ ਗਿਆ ਹੋਊਗਾ ਕਿ ਕਿਵੇਂ ਇਹਦਾ ਜਿਵੇਂ ਨਾ ਵਾਟ ਕਾਈਂਡ ਆਫ ਸਿਸਟਮ ਯੂ ਵਰਕਿੰਗ ਥਰੂ। ਉਹਦੇ ਵਾਸਤੇ ਤੁਸੀਂ ਲੌਜੀਕਲੀ ਦੱਸ ਵੀ ਦਿੱਤਾ ਕਿ ਕਿਉਂ ਉਹ ਸਾਰੀ ਚੀਜ਼ਾਂ। ਸੋ ਕਮਿੰਗ ਬੈਕ ਟੂ ਪੁਸ਼ਪਿੰਦਰ ਕੌਰ ਜੀ, ਤੁਸੀਂ ਹੁਣ ਦੱਸੋ, ਵੀ ਗੋਇੰ ਟੂ ਸ਼ੇਅਰ ਅ ਵੀਡੀਓ ਵਿਦ ਦ ਸੰਗਤ ਐਸ ਵੈਲ, ਦੈਟ ਯੂ ਆਰ ਸ਼ੋਇੰਗ ਸਮ ਥੈਰੇਪੀ ਐਸ ਵੈਲ। ਥੋੜਾ ਜਿਹਾ ਦੱਸੋ ਕਿਤਨੇ how would you like, you know, so eating, you know, the way that you handle yourself, the exercises, tell us a little bit now. I think we're coming probably to about halfway ish in the show, and thoda ja ode bare dasso hun so that we can play that video for the sangat as well when you're ready. Okay, so man to baad na jadon tuhan bandi samajh pan up in diya te fir obviously apa jehda sada shareer ya utte fir sanu focus karna panda ya. So eh hisse kafi de hisse ya. So ene li assi yoga kar sakte ya, assi exercise kar sakte ya, assi turan vi ja sakte ya. Center de vich assi ik practice karde ya, ola na hega ya qigong. ਜਿਹੜੀ ਅੱਜ ਤੁਸੀਂ ਸੰਗਤ ਨੂੰ ਵੀਡੀਓ ਦਿਖਾਉਣੀ ਆ, ਇਹ ਜਿਹੜੀ ਚੀਕਮ ਕਰਨਾ, ਇਹ ਹੈ ਕਿ ਆ ਬਹੁਤ ਬਹੁਤ ਪੁਰਾਣੀ ਪ੍ਰੈਕਟਿਸ ਆ, ਚਾਈਨੀਜ਼ ਪ੍ਰੈਕਟਿਸ ਆ। ਤੇ ਇਹਦੇ ਨਾਲ ਜਦੋਂ ਤੱਕ ਅਸੀਂ ਇਹ ਕਰਨ ਲੱਗ ਪੈਂਦੇ ਨਾ, ਇਹਦੇ ਨਾਲ ਇੱਕ ਤਾਂ ਸਾਡੇ ਜਿਸਮ ਦੇ ਵਿੱਚ ਨਾ ਜਦੋਂ ਅਸੀਂ ਫਿਕਰ ਕਰਦੇ ਆ, ਉਹ ਫਿਕਰ ਨਾ ਸਾਡੀ ਓਰਗਨ ਦੇ ਵਿੱਚ ਨਾ ਜਿੱਦਾਂ ਉਹ ਅੱਧਾ ਸੋਚ ਕੇ ਫਸ ਜਾਂਦਾ ਆ। ਤੇ ਇਹ ਜਿਹੜੀਆਂ ਪੋਸਚਰਸ ਨਾ ਹੈਗੀਆਂ ਬਹੁਤ ਜਿੱਦਾਂ ਸਲੋ ਪੋਸਚਰਸ ਆ, ਪਰ ਇਹਦੇ ਨਾਲ ਜਿਹੜੀ ਸਾਡੀ ਸ਼ਕਤੀ ਹੈ ਨਾ, ਉਹ ਸ਼ਕਤੀ ਨਾ ਫਿਰ ਉਹ ਜਿਸਮ ਦੇ ਵਿੱਚ ਜਿਹੜੀਆਂ ਸਾਡੀਆਂ ਨਾਭੀਆਂ ਆ, ਸਾਡੇ ਜਿਹੜੇ ਮਰੀਡੀਅਨ ਪੁਆਇੰਟਸ ਆ, ਉਹਨਾਂ ਨੂੰ ਬੈਲੈਂਸ ਕਰਦੀ ਆ। ਸੋ ਜਦੋਂ ਕਿਸੇ ਦੀ ਦਰਦਾਂ ਹੋਵੇ, ਯੂ ਨੋ, ਸਿਰ ਦੁਖੇ, ਇਮਿਊਨਿਟੀ ਨੀਚੇ ਹੋਵੇ, ਇਹ ਜਿਹੜੀਆਂ ਪੋਸਚਰਸ ਆ, ਇਹ ਇਸ ਚੀਜ਼ਾਂ ਲਈ ਇਹਨਾਂ ਨੂੰ ਜਿੱਦਾਂ ਵਧਾਉਂਦੀਆਂ ਆ, ਠੀਕ ਕਰਦੀਆਂ ਆ, ਬੈਲੈਂਸ ਕਰਦੀਆਂ ਆ, ਜਿਸਮ ਦੇ ਵਿੱਚ ਜ਼ੋਰ ਦਿੰਦੀਆਂ ਆ, ਸਟਰੈਂਥ ਦਿੰਦੀਆਂ ਆ, ਤੇ ਇਹ ਸ਼ਕਤੀ ਪ੍ਰਗਟ ਕਰਦੀਆਂ ਆ। ਸੋ ਇਹਦੇ ਨਾਲ ਇਹ ਨਿਆਣੇ ਵੀ ਕਰ ਸਕਦੇ ਆ, ਸਿਆਣੇ ਵੀ ਕਰ ਸਕਦੇ ਆ, ਜਿਹੜੇ ਕਈ ਆਪਣੇ ਸ਼ੋਅ ਦੇਖ ਰਹੇ ਆ, ਇਹ ਸ਼ੋਅ ਇੰਡੀਆ ਵੀ ਜਾ ਰਿਹਾ ਆ, ਇਟਲੀ ਵਿੱਚ ਵੀ, ਸਪੇਨ ਦੇ ਵਿੱਚ, ਦੁਨੀਆ ਭਰ ਦੀ ਸੰਗਤ ਦੇਖ ਰਹੀ ਆ ਸੰਗਤ ਟੀਵੀ ਨੂੰ। ਹੁਣ ਉਹ ਸਾਰੇ ਕਰ ਸਕਦੇ ਆ ਆਪਦੇ ਘੜੇ ਬੈਠ ਕੇ ਹੀ, ਉਹਨਾਂ ਨੂੰ ਸੈਂਟਰ ਦੀ ਕੋਈ ਲੋੜ ਨਹੀਂ, ਉਹ ਆਪਦੀ ਗਾਰਡਨ ਚ ਵੀ ਕਰ ਸਕਦੇ ਆ, ਉਹਦੇ ਘੜੇ ਵੀ ਕਰ ਸਕਦੇ ਆ, ਹਨਾ। When do you think apna, do you want to tell us a little bit more before we show that video, the first video, or do you think that just to introduce that video so that sangat khade ho ke jithe vi hage ya tusi aap un ho chalo sangat ji dikhane ya jehdi video, you can do that while it's happening, or you can watch it, and jehda eh record kita show aa eh sangat tv de youtube channel de utte tusi inu dwara vi dekh sakde ha, oda labh utha sakde ha. ਮੈਂ ਕਹਿਣਾ ਚਾਹੁੰਦੀ ਆ ਕਿ ਇਹ ਵੀਡੀਓ ਤੁਸੀਂ ਜਿਹੜੀ ਸੰਗਤ ਜੀ ਆ, ਉਹ ਜਿੱਦਾਂ ਜਿੱਦਾਂ ਅਸੀਂ ਹੁਣ ਵੀਡੀਓ ਦਿਖਾਉਣੀ ਆ, ਉਹ ਜ਼ਰੂਰ ਆਪ ਨਾਲ ਕਰਨ, ਉਹ ਕੋਸ਼ਿਸ਼ ਕਰਨ ਲਈ। ਇਹ ਜਿਹੜੀਆਂ ਪੋਸਚਰਸ ਆ ਨਾ, ਇਹ ਇੱਕ ਜਾਂ ਦੋ ਦਫ਼ਾ ਦਿਹਾੜੀ ਵਿੱਚ ਕੋਈ ਨੀ ਕਰ ਸਕਦਾ ਆ। ਕਿ ਸੰਗਤ ਜੀ, ਹੁਣ ਤੁਹਾਨੂੰ ਅਸੀਂ ਬਹੁਤ ਵਾਰ ਇਹ ਵੀਡੀਓ ਬਾਰੇ ਦੱਸਿਆ ਆ, ਹੁਣ ਤੁਹਾਨੂੰ ਦਿਖਾਉਣ ਲੱਗੇ ਆ। ਤੁਹਾਡਾ ਦਵਿੰਦਰ ਸਿੰਘ ਪਨੀਸਾਲ, ਪੁਸ਼ਪਿੰਦਰ ਕੌਰ ਜੀ, ਤੁਹਾਡਾ ਤਾਂ ਬਹੁਤ ਵੱਡਾ ਧੰਨਵਾਦ ਕਿ ਤੁਸੀਂ ਆਏ। ਅਸੀਂ ਹੋਰ ਵੀ ਸ਼ੋਅ ਕਰ ਰਹੇ ਹਾਂ, ਸੋ ਟਿਊਨ ਇਨ ਨੈਕਸਟ ਵੀਕ ਐਸ ਵੈਲ ਸੰਗਤ ਜੀ। ਸੋ ਹੇਅਰ ਆਰ ਦ ਵੀਡੀਓਸ, ਉਮੀਦ ਆ ਤੁਹਾਨੂੰ ਸੇਵਾ ਦੇ ਵਿੱਚ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਨਾਲ ਅਸੀਂ 5 ਚੀਕੋਂਗ ਦੇ ਪੋਸਚਰ ਸਾਂਝੇ ਕਰਨੇ ਆ। ਇਹ ਪੋਸਚਰਾਂ ਦਾ ਫਾਇਦਾ ਸਾਨੂੰ ਬਹੁਤ ਆ, ਇਹ ਸਾਡੇ ਤਨ 'ਤੇ ਜਿਹੜਾ ਦੁੱਖ ਵਗੈਰਾ ਆ ਇਹਨੂੰ ਘਟਾ ਦਿੰਦੀ ਆ।
ਸਾਡੇ ਪ੍ਰਾਣ ਵਧਾ ਦਿੰਦੀ ਆ, ਸਾਡੀ ਸ਼ਕਤੀ ਵਧਾ ਦਿੰਦੀ ਆ। ਜਿਹੜਾ ਪਹਿਲਾ ਪੋਸਚਰ ਆ, ਆਪਣੀਆਂ ਉਂਗਲੀਆਂ ਨੀਚੇ ਕਰਦੇ ਆ, ਆਪਣੀਆਂ ਬਾਹਾਂ ਬਾਹਰ ਆ ਤਾਂ ਆਪਣੇ ਮੋਢੇ ਰਿਲੈਕਸਡ ਆ। ਆਪਾਂ ਨੱਕ ਰਾਹੀਂ ਅੰਦਰ ਸਾਹ ਲੈ ਰਹੇ ਹਾਂ, ਮੂੰਹ ਰਾਹੀਂ ਸਾਹ ਬਾਹਰ ਕਰਦੇ ਹਾਂ। ਜਿਹੜਾ ਸਾਡਾ ਦੂਜਾ ਪੋਸਚਰ ਆ, ਉਹ ਇੱਦਾਂ ਆ ਕਿ ਜਿੱਦਾਂ ਅਸੀਂ ਜੱਫੀ ਪਾਈਦੀ ਹੁੰਦੀ ਆ। ਤਾਂ ਤੁਸੀਂ ਦੇਖੋ ਕਿ ਇਹ ਜਿਹੜੇ ਪੋਸਚਰ ਆ ਕਿ ਮੇਰੇ ਹੱਥ ਮੇਰੇ ਹਿਰਦੇ ਦੇ ਸਾਹਮਣੇ ਆ, ਅਗੇਨ ਮੇਰੀਆਂ ਜਿਹੜੀਆਂ ਬਾਹਾਂ ਆ ਰਿਲੈਕਸਡ ਆ, ਤਾਂ ਮੇਰੇ ਜਿਹੜੇ ਸ਼ੋਲਡਰਸ ਆ ਇਹ ਮੈਂ ਰਿਲੈਕਸ ਕੀਤੇ ਹੋਏ ਆ, ਮਤਲਬ ਢਿੱਲੇ ਆ। ਜਿਹੜਾ ਤੀਜਾ ਪੋਸਚਰ ਆ ਸਾਡਾ, ਸਾਡਾ ਤੀਜਾ ਪੋਸਚਰ ਇੱਦਾਂ ਆ ਕਿ ਅਸੀਂ ਆਪਣੀਆਂ ਬਾਹਾਂ ਉੱਤੇ ਨੂੰ ਕਰਕੇ, ਤਾਂ ਆਪਾਂ ਜਿੱਥੇ ਆ ਗੈਪ ਆ ਸਾਡੇ ਹੱਥਾਂ 'ਚ, ਅਸੀਂ ਉਹਦੇ ਉੱਤੋਂ ਦੇਖਣਾ ਆ। ਸਾਡੀ ਗਰਦਨ ਇੱਦਾਂ ਪਿੱਛੇ ਕੀਤੀ ਹੋਈ ਆ। ਇਹ ਆਪਾਂ ਪੋਸਚਰ 30 ਸੈਕਿੰਡ ਮਿੰਟ ਤੱਕ ਆਪਾਂ ਕਰੀ ਜਾਣੇ ਆ, ਜਿੱਦਾਂ ਵੀ ਸਾਨੂੰ ਠੀਕ ਲੱਗਦਾ ਆ ਸ਼ੁਰੂ ਤੋਂ। ਜਿਹੜਾ ਚੌਥਾ ਪੋਸਚਰ ਆ, ਆਪਾਂ ਆਪਣੀਆਂ ਬਾਹਾਂ ਆਲੇ ਜਿੱਦਾਂ ਆਪਾਂ ਸਾਹਮਣੇ ਕਰਦੇ ਹਾਂ, ਬਾਹਾਂ ਬਾਹਰ ਕੱਢਣੀਆਂ ਆ, ਹੱਥ ਨੀਚੇ ਨੂੰ ਆ, ਨੱਕ ਰਾਹੀਂ ਸਾਹ ਲੈਣਾ ਆ, ਮੂੰਹ ਰਾਹੀਂ ਸਾਹ ਬਾਹਰ ਨਿਕਲਣਾ। ਤਾਂ ਜਿਹੜਾ ਪੰਜਵਾਂ ਪੋਸਚਰ ਆ, ਉਹ ਜਿੱਦਾਂ ਹੀ ਅਸੀਂ ਸਾਡਾ ਪਹਿਲਾਂ ਕੀਤਾ ਸੀਗਾ ਨਾ, ਅਸੀਂ ਬਸ ਉਹੀ ਕਰਨਾ ਆ, ਪਰ ਹੁਣ ਇੱਦਾਂ ਆ ਕਿ ਸਾਡੀਆਂ ਉਂਗਲੀਆਂ ਨੀਚੇ ਨਹੀਂ ਆ, ਸਾਡੀਆਂ ਉਂਗਲੀਆਂ ਇੱਕ ਦੂਜੇ ਵੱਲ ਆ। ਸੋ ਇਹ ਸਾਡੇ ਢਿੱਡ ਦੇ ਸਾਹਮਣੇ, ਸਾਡੀ ਨਾਭੀ ਦੇ ਸਾਹਮਣੇ ਆ। ਇਹ ਪੰਜ ਪੋਸਚਰਸ ਦੀਆਂ ਸਾਨੂੰ ਬਹੁਤ ਫਾਇਦੇ ਆ, ਸਾਡੀਆਂ ਤਨ ਦੀਆਂ ਨਦੀਆਂ ਦੇ ਵਿੱਚ ਸ਼ਕਤੀ ਪੈਦਾ ਹੋ ਜਾਂਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।